ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਵੱਲੋਂ ਵਕ ਵਕ ਥਾਵਾਂ ਤੇ ਜਾ ਕੇ ਜਿਹੜੇ ਕਿ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਹੋਏ ਨੇ ਉਹ ਜਿਹੜੇ ਕਿ ਛੜਵਾਏ ਜਾ ਰਹੇ ਨੇ ਪਰ ਉਸ ਦੇ ਨਾਲ ਹੀ ਅੱਜ ਇੱਕ ਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਕੁਝ ਏਕੜ ਜ਼ਮੀਨ ਲੱਖਾਂ ਰੁਪਏ ਦੀ ਜਿਹੜੀ ਕਿ ਬੋਲੀ ਆ ਉਹ ਚੜੀ ਆ ਤਾਂ ਸਾਡੇ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨਿਟ ਮੰਤਰੀ ਮੌਜੂਦ ਨੇ ਢਾਲੀਵਾਲ ਸਾਹਿਬ ਪੂਰਾ ਮਸਲਾ ਕੀ ਹੈ ਕਿ ਕੁਝ ਏਕੜ ਜ਼ਮੀਨ ਹੈ ਜਿਹੜੀ ਕਿ ਲੱਖਾਂ ਰੁਪਏ ਦੀ ਚੜੀ ਆ ਹਾਲਾਂਕਿ ਸ਼੍ਰੋਮਣਿਕਾਲੀ ਦਲ ਤੰਜ ਵੀ ਕਸ ਰਿਹਾ ਅਸੀਂ ਆਪਣੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮ ਅਗਵਾਈ ਦੇ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਿਛਲੇ 10-12 ਦਿਨ ਤੋਂ ਪੰਜਾਬ ਦੇ ਅੰਦਰ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਹੋਏ ਆ ਉਹਨਾਂ ਨੂੰ ਛਡਾਉਣ ਦੀ ਮਿਹਨਤ ਸ਼ੁਰੂ ਕੀਤੀ ਹੈ ਅੱਜ ਤੱਕ ਮળો ਜਿਹੜਾ ਕੋਈ 1050 ਏਕੜ ਜ਼ਮੀਨ ਜਿਹੜੀ ਹੈ ਅਸੀਂ ਛਡਵਾ ਲਈ ਹੈ ਉਹਦਾ ਅਗਲੇ ਦਿਨਾਂ ਚ ਹੋਰ ਬਹੁਤ ਵੱਡੀ ਲੈਵਲ ਤੇ ਆਊਗੀ ਅੱਜ ਜਿਹੜਾ ਤੁਸੀਂ ਮਾਮਲਾ ਕਹਿ ਦਿਓ ਇਹ ਮਹਾਲੀ ਜ਼ਿਲ੍ਹੇ ਦਾ ਪਹਾੜੀ ਪਿੰਡ ਹੈ ਬਲਾਕ ਮੱਝੀ ਹੈ ਇੱਥੇ ਅੱਜ ਜ਼ਮੀਨ ਦੀ ਬੋਲੀ ਸੀਗੀ ਕਿਉਂਕਿ ਪਹਿਲੀ ਮਈ ਤੋਂ ਸਾਡੀ ਜ਼ਮੀਨਾਂ ਦੀਆਂ ਬੋਲੀਆਂ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਤੇ ਜ਼ਮੀਨ ਦੀ ਬੋਲੀ ਸੀਗੀ 4 ਏਕੜ ਜ਼ਮੀਨ ਸੀ ਇਹ 4 ਏਕੜ ਜ਼ਮੀਨ ਜਿਹੜੀ ਹੈ ਦੋ ਕਿਸਾਨਾਂ ਨੇ ਇਸ ਤੇ ਅਪੋਚ ਜਿਹੜੀ ਬੋਲੀ ਦਿੱਤੀ ਉਹਦੇ ਬੋਲੀ ਮਤਲਬ ਜਿਹੜੀ ਹੈ 33 ਲੱਖ 10000 ਨੂੰ ਇਹ 4 ਏਕੜ ਜਿਹੜੇ ਉਹ ਗਏ ਖੇਤੀਯੋਗ ਹੈ ਅਸੀਂ ਪੂਰਾ ਲਿਖਤ ਪੜ ਕੀਤੀ ਹੈ ਉਹਨਾਂ ਦੇ ਮਤਲਬ ਜਿਹੜਾ ਚੈੱਕ ਲਏ ਆ ਉਹਨਾਂ ਦੇ ਕੈਸ਼ ਪੈਸੇ ਜਮ੍ਹਾਂ ਕਰਾਏ ਆ ਤਾਂ ਮੈਂ ਤੁਹਾਨੂੰ ساری ਜਿਹੜੀ ਪੰਚਾਇਤ ਦੀ ਅੱਜ ਕਾਰਵਾਈ ਹੋਈ ਹੈ ਬੋਲੀ ਜੀ ਉਹ ਤੁਹਾਨੂੰ ਸਾਰੀ ਦਿਖਾ ਰਿਆ ਇਸ ਕਰਕੇ ਇਹ ਵੀ ਬਹੁਤ ਵੱਡੀ ਅੱਜ ਪ੍ਰਾਪਤੀ ਹੋਈ ਹੈ ਕਿ ਇਹਨਾਂ ਅੱਜ ਇੱਕੋ ਦਿਨ ਇੱਕੋ ਬਲਾਕ ਦੇ ਵਿੱਚ ਇੱਕ ਬਿੰਦੂ ਹੀ ਸਰਕਾਰ ਨੂੰ ਇੰਨਾ ਜਿਹੜਾ ਉਹ ਫਾਇਦਾ ਹੋਇਆ ਸਾਰੇ ਵਾਲ ਸਭ ਕਹਿ ਸਕਦੇ ਆ ਕਿ ਆਮ ਤੌਰ ਤੇ 50 ਹਜ਼ਾਰ ਰੁਪਏ ਪ੍ਰਤੀ ਏਕੜ ਜਿਹੜੀ ਕਿ ਜ਼ਮੀਨ ਹੈ ਠੇਕੇ ਤੇ ਚੜਦੀ ਹੁੰਦੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 2 ਲੱਖ ਦੇ ਰੁਪਏ ਦੀ ਹੋਗੀ ਫਿਰ ਵੀ 31 ਲੱਖ ਰੁਪਏ ਦਾ ਜਿਹੜਾ ਕਿ ਸਰਕਾਰ ਨੂੰ ਫਾਇਦਾ ਹੋ ਰਿਹਾ ਕਿਉਂਕਿ 31 ਲੱਖ ਵੱਧ ਹੈ ਜਿਹੜੀ ਕਿ ਆਮ ਨਾਲੋਂ ਜ਼ਮੀਨ ਠੇਕੇ ਤੇ ਜੜੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਤੰਜ ਕੱਸ ਰਿਹਾ ਉਹ ਕਹਿੰਦੇ ਜੀ ਕੀ ਇਹੋ ਜਿਹਾ ਹੋ ਸਕਦਾ ਆ ਹੋਇਆ ਜੀ ਮੈਂ ਕਾਗਜ਼ ਦਿਖਾਉਂਦਾ ਜੇ ਕੋਈ ਬੰਦੇ ਚੰਗੇ ਕਿਸਾਨ ਆਪੋ ਵਿੱਚ ਜੇਦਰਬਦੀ ਨਾਲ ਬੋਲੀ ਦਿੰਦੇ ਆ ਤੇ ਸਾਨੂੰ ਕੀ ਇਹ ਤਾਂ ਪੰਚਾਇਤ ਦੀ ਬੋਲੀ ਦੇ ਦੇ ਸਾਡੇ ਅਫਸਰ ਵੀਡੀਓਗ੍ਰਾਫੀ ਹੋਦੀ ਆ ਸਾਰੇ ਪੇਪਰ ਮੰਗਾਏ ਮੈਂ ਤੁਹਾਡੇ ਸਾਹਮਣੇ ਸਮਝਦੇ ਕਿ ਦੀ ਗੱਲ ਲੋਕ ਹੰਗਾ ਦੇ ਦੇ ਪਿੰਡਾਂ ਦੇ ਪਿੰਡ ਸਾਡੇ ਕੋ ਆਦੇ ਜਿਹੜੇ ਪੂਦਾ ਪੂਦਾ ਪਿੰਡ ਕੱਲ ਤੁਸੀਂ ਦੇਖਿਆ ਪੂਦੇ ਪਿੰਡ ਨੇ ਮਤਲਬ ਜੜ ਜਮੀਂ ਛੱਡਦੀ ਇੱਕ ਛੋਟੀ ਗੱਲ ਜਿਹੜੀ ਜਮੀਨ ਠੇਕੇ ਦਿੱਤੀ ਗਈ ਹੈ 4 ਏਕੜ ਜਮੀਨ ਠੇਕੇ ਦਿੱਤੀ ਗਈ ਹੈ ਕਿਸ ਵਿਅਕਤੀ ਨੇ ਠੇਕੇ ਤੇ ਲਈ ਹੈ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਜਦੋਂ ਬੋਲੀ ਲੱਗ ਰਹੀ ਸੀਗੀ ਚਰਚਾ ਚੱਲ ਰਹੀ ਸੀ ਕਿ ਭਾਈ ਖੇਤੀ ਤੋਂ ਇਹਨੇ ਪੈਸੇ ਇਕੱਠੇ ਕੀਤੇ ਨਹੀਂ ਜਾ ਸਕਦੇ ਚਲੋ ਬੋਲੀ ਹੋ ਗਈ ਹੈ ਕਿ ਇਸ ਦੇ ਪਿੱਛੇ ਇੱਕ ਪ੍ਰਾਈਵੇਟ ਕੰਪਨੀ ਹੈ ਜਿਹੜੀ ਕਿ ਆਪਣਾ ਸਹਿਯੋਗ ਦੇ ਰਹੀ ਹੈ ਤੇ ਕੀ ਖੇਤੀ ਜੋਗੀ ਹੋਵੇਗੀ ਤੇ ਉਹ ਕਿਸਾਨ ਹੀ ਵਰਤੇਗਾ ਇਸ ਜਮੀਨ ਬਿਲਕੁਲ ਪ੍ਰਗਟ ਸਿੰਘ ਹੈ ਪੁੱਤਰ ਦਲਬਾਖ ਜਿੰਨੇ ਜਮੀਨ ਲਈ ਹੈ ਆਹੀ ਬਿਲਕੁਲ ਐਫੀਡੇਵਿਟ ਲਿਆ ਐਵਰੀ ਐਫੀਡੇਵਿਟ ਤੇ ਲਿਖਾਇਆ ਉਹਨਕੋ ਕਿ ਇਹ ਜ਼ਮੀਨ ਜਿਹੜੀ ਹੈ ਖੇਤੀ ਲਈ ਵਰਤਣੀ ਹੈ ਇਹ ਜ਼ਮੀਨ ਕਿਹੋ ਜਿਹਾ ਉਹਨੂੰ ਦਿੱਤੀ ਜਾ ਸਕਦੀ ਸਾਰੀਆਂ ਟਲ ਮੈਟ ਕ੍ਰੀਏਸ਼ਨ ਜਿਹੜੀਆਂ ਐਫੀਡੈਵਟ ਤੇ ਲਈਆਂ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਕਿ ਕੋਈ ਕੰਪਨੀ ਉੱਥੇ ਆਊਗੀ ਕੀ ਆਊਗਾ ਕੋਈ ਕੋਈ ਇਦਾਂ ਦਾ ਮਤਲਬ ਚੱਕਰ ਨਹੀਂ ਕੱਲ ਹਜ਼ਾਰ ਏਕੜ ਦੇ ਤਕਰੀਬਨ ਜਿਹੜੀ ਕਿ ਜ਼ਮੀਨ ਹੋ ਚੁੱਕੀ ਸੀ ਕਿ ਹਜ਼ਾਰ ਏਕੜ ਨਜਾਇਜ਼ ਕਬਜ਼ੇ ਜਿਹੜੇ ਕਿ ਛੜਵਾ ਲਏ ਆ ਹੁਣ ਤੱਕ ਕਿੰਨੀ ਹੋ ਗਈ ਹੈ ਜ਼ਮੀਨ ਅਤੇ ਟੋਟਲ ਆਮਦਨ ਕਿੰਨੀ ਹੈ ਦੀ ਜੇਕਰ ਦੇਖੀ ਜਾਵੇ ਕਿੰਨੇ ਰੁਪਏ ਦੀ ਜਿਹੜੀ ਜ਼ਮੀਨ ਜਿਹੜੀ ਹੁਣ ਤੱਕ ਕੱਲ ਤੱਕ ਜਿਹੜੀ ਸੀ ਉਹ ਸਾਨੂੰ ਇਹੀ ਜੋ 30 ਲੱਖ ਦੇ ਹਿਸਾਬ ਨਾਲ ਐਸਟੀਮੇਟ ਲਾਇਆ ਸੀ ਉਹਦੇ ਨਗਲ 302 ਕਰੋੜ ਬਣਦੀ ਸੀਗੀ ਅੱਜ ਵੀ 40 45 ਕਿਲੇ ਛੁੱਟ ਗਈ ਸ਼ਾਮ ਤੱਕ ਬਾਕੀ ਬਲਾਕਾਂ ਚ ਵੀ ਰਿਪੋਰਟਾਂ ਆਉਣਗੀਆਂ ਸੋ ਮੈਂ ਕਹਿ ਸਕਦਾ ਕਿ 1050 ਏਕੜ ਜਿਹੜੇ ਉਹ ਹੋ ਗਏ ਤੇ ਹੋ ਜਾਣਗੇ ਬਾਬੇ ਦੀ ਕਿਰਪਾ ਹੋਗੀ ਅਗਲੇ ਦਿਨਾਂ ਚ ਕਿਉਂਕਿ 4-5 ਦਿਨ ਵਿੱਚ ਪਟਵਾਰੀ ਦੀ ਉਹਨਾਂ ਦੀ ਪਟਵਾਰੀਦਿਆਂ ਦੀ ਹੜਤਾਲ ਈ ਇੱਕ ਦਿਨ ਜਿਹੜੀ ਹੈ ਤਹਿਸੀਲਦਾਰਾਂ ਦੀ ਹੜਤਾਲ ਈ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਬਟ ਅਗਲੇ ਦਿਨ ਚ ਇਹਦੀ ਸਪੀਡ ਬਹੁਤ ਤੇ ਜੀ ਤਾਂ ਕਿੰਨੇ ਏਕੜ ਚ ਨਿਜਾਇਜ਼ ਕਬਜ਼ੇ ਆ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਕੋਈ ਡਾਟਾ ਆਇਆ ਹੋਊਗਾ ਹਜੇ ਤੱਕ ਡਾਟਾ ਜਿਹੜਾ ਸਾਡੇ ਕੋਲ ਡਾਟਾ ਹੈਗਾ ਪਤਾ ਹੀ ਮੁੜਕਿਓ ਜਦੋਂ ਲੋਕਾਂ ਦੀ ਅਕਲ ਆਉਣੀ ਸ਼ੁਰੂ ਹੀ ਆ ਤੇ ਫਿਰ ਦੇਖਿਆ ਕਿ ਤੇ ਡਾਟਾ ਠੀਕ ਨਹੀਂਗਾ ਹੁਣ ਇੱਕ ਸ਼ਾਮਲਾਟ ਸੈੱਲ ਬਣਾਇਆ ਇਸੇ ਕੰਮ ਲਈ ਇੱਕ ਡਿਪਟੀ ਡਾਇਰੈਕਟਰ ਲਾਇਆ ਇੱਕ ਡੀਡੀਪੀ ਲਾਇਆ ਤਿੰਨ ਵੀਡੀਓ ਲਾਇਆ ਇਸੇ ਕੰਮ ਲਈ ਕਿ ਤੁਸੀਂ ਇਹ ਜਾਂਚ ਕਰੋ ਕਿ ਕਿੱਦਾਂ ਮਤਲਬ ਜਿਹੜਾ ਕਿੰਨੀ ਜ਼ਮੀਨ ਆ ਕਿੰਨੀ ਠੇਕੇ ਦੇ ਦੋ ਰਹੀ ਕਿੰਨੀ ਦਿੱਤੀ ਜਾ ਸਕਦੀ ਸੋ ਅਗਲੇ ਹਫਤੇ ਮੈਂ ਤੁਹਾਨੂੰ ਪੂਰੇ ਕਰੈਕਟ ਫਿਗਰ ਦੇ ਦੂੰਗਾ ਪਰ ਐਸਟੀਮੇਟਡ 50 ਹਜ਼ਾਰ ਦੇ ਥੱਲੇ ਉੱਪਰ ਹੋਊਗੀ ਮੇਰਾ ਸਾਡਾ ਅੰਦਾਜ਼ਾ ਜੇਕਰ ਆਮਦਨ ਦੀ ਗੱਲ ਕੀਤੀ ਜਾਵੇ ਦੇਖੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨਜਾਇਜ਼ ਕਬਜ਼ੇ ਛੜਾਏ ਜਾ ਰਹੇ ਨੇ ਕਿੰਨਾ ਕਿ ਜਿਹੜਾ ਕਿ ਇਹਦੇ ਖਜ਼ਾਨੇ 'ਚ ਜਿਹੜਾ ਕਿ ਵਾਧਾ ਹੋਵੇਗਾ ਕਿਉਂਕਿ ਦੇਖੋ ਜੋ ਜ਼ਮੀਨ ਛੜਾਈ ਜਾ ਰਹੀ ਹੈ ਸਰਕਾਰ ਦੀ ਆਪਣੀ ਜ਼ਮੀਨ ਹੈ ਦੱਬੀ ਹੋਈ ਸੀਗੀ ਕਿੰਨਾ ਕਿ ਜੜਕ ਫਾਇਦਾ ਹੋਵੇਗਾ ਮੈਂ ਤੁਹਾਨੂੰ ਦੱਸਿਆ ਕਿ ਫਾਇਦਾ ਕੱਲ ਤੱਕ ਤੇ ਅਦਾਫ ਦੇ ਅੰਦਾਜ਼ੇ ਨਾਲ 302 ਕੋੜ ਦਾ ਹੋਗਾ ਅਗਲੇ ਦਿਨ ਤੇ ਚਲਦਾ ਹੀ ਰਹਿਣਾ ਇਹ ਕੰਮ ਬਹੁਤ ਲੰਬੀ ਚੋਰੀ ਜ਼ਮੀਨ ਹੈ ਕਿਉਂਕਿ ਕੁਝ ਕੇਸ ਹੋਏ ਹੈ ਸੁਪਰੀਮ ਕੋਰਟ ਤੇ ਕੋਈ ਹਾਈ ਕੋਰਟ ਤੇ ਦੇਖੋ ਕਿਥੇ ਹੈ ਕਿਹਦਾ ਹੈ ਹਜ਼ਾਰਾਂ ਕਰੋੜ ਰੁਪਏ ਟੱਪ ਜੂ ਬਿਲਕੁਲ ਟੱਪੂਗਾ ਜੀ ਇਹ ਬਹੁਤ ਵੱਡਾ ਇਸ਼ੂ ਹੈ ਟੱਪੂਗਾ ਤੁਸੀਂ ਦੇਖਿਓ ਕਦੇ ਕਦੇ ਤਾਂ ਕੁਝ ਨਜਾਇਜ਼ ਜ਼ਮੀਨਾਂ ਦੇ ਦਰਾਂ ਜਿਹੜੇ ਕਿ ਧਾਰਮਿਕ ਸਥਾਨ ਵੀ ਬਣੇ ਹੋਏ ਨੇ ਕਿ ਉਹ ਵੀ ਛੜਾਏ ਜਾ ਰਹੇ ਨੇ ਜਾਂ ਉਹ ਨਹੀਂ ਨਹੀਂ ਜਿਹੜੇ ਤੇ ਵੇਖੋ ਕਮਿਊਨਿਟੀ ਨੇ ਭਾਈਚਾਰੇ ਦੇ ਨਾਲ ਕਿ ਕਿਥੇ ਬਣਾਏ ਆ ਸਾਡੇ ਮਤਲਬ ਗੁਰੂ ਘਰ ਬਣੇ ਆ ਮੰਦਿਰ ਬਣੇ ਆ ਕਦੇ ਮਸਲਤ ਬਣੀ ਹੈ ਉਹ ਵੀ ਨਹੀਂ ਛੜਾਵਾਂਗੇ ਪਰ ਜੇ ਕਹੇ ਨੇ ਜ਼ਮੀਰ ਦੱਬਣ ਲਈ ਕੋਰਤਾਂ ਦਾ ਬਣਾਇਆ ਫਿਰ ਉਹਦੀ ਹੀ ਜਾਂਚ ਕਰਾਂਗੇ ਜੇ ਕਹਿੰਦੇ ਆਪਣੀ ਜ਼ਮੀਰ ਦੱਬਣ ਕਰਕੇ ਕੋਈ ਮੰਦੋਜਾ ਕੋ ਹੋ ਜਾਗਾ ਬਣਾਤੀ ਉਥੇ ਉਹਦੀ ਜਾਂਚ ਜੂਦ ਕਰਾਂਗੇ ਪਰ ਜਿਹੜਾ ਸਾਡਾ ਭਾਈਚਾਰਾ ਦੇ ਦਲਕੇ ਬਣਾਇਆ ਉਹ ਅਸੀਂ ਬਿਲਕੁਲ ਨਹੀਂ ਉਸ ਨੂੰ ਨਹੀਂ ਛੜਾਂਗੇ ਭਾਵੇਂ ਜੋ ਬੋਤੀ ਉਹ ਪਿਛਲੀ ਸਰਕਾਰ ਦੌਰਾਨ ਜੋ ਮੰਤਰੀ ਸਨ ਅਤਰਪ੍ਰਿੰਦਰ ਸਿੰਘ ਬਾਜਵਾ ਉਹਨਾਂ ਤੇ ਕਾਫੀ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇ ਕਹਿੰਦੇ ਜੀ ਟਾਈਲਡ ਇੰਟਰਲੋਕ ਟਾਈਲ ਮਾਫੀਆ ਜਿਹੜਾ ਕਿ ਉਹਨਾਂ ਵੱਲੋਂ ਚਲਾਇਆ ਜਾਂਦਾ ਜੋ ਤੁਸੀਂ ਮੰਤਰੀ ਬਣੇ ਤੁਸੀਂ ਆਖਿਆ ਜੀ ਕਾਰਵਾਈ ਕਰਾਂਗੇ ਉਹ ਕਾਰਵਾਈ ਹੁਣ ਤੱਕ ਕਿੱਥੋਂ ਤੱਕ ਪਹੁੰਚੀ ਹੈ ਕਿਉਂਕਿ ਇੰਟਰਲੋਕ ਟਾਈਲ ਮਾਫੀਆ ਤੁਸੀਂ ਆਪ ਕਹਿੰਦੇ ਸੀ ਕਿ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਸੀ ਉਸ ਦੀਆਂ ਸਾਰੀਆਂ ਜੜ੍ਹਾਂ ਬਹੁਤ ਜ਼ਿਆਦਾ ਫੈਲਿਆ ਅਸੀਂ ਐਕਚੁਅਲੀ ਸਾਰੇ ਜਿਹੜੇ ਇੱਥੇ ਲੱਗੇ ਉਹਦੀਆਂ ਵੀ ਰਿਪੋਰਟਾਂ ਮੰਗਾਈਆਂ ਅਸੀਂ ਸਾਰੇ ਮੰਤਰੀਆਂ ਦੇ ਐਮਐਲਏ ਵੀਡੀਓ ਸਾਡੇ ਕੋਈ ਹੈ ਜਿ ਉੱਪਰੋਂ ਨਿਕ ਦੇ ਕੇ ਗਾਰਖਾਨੇ ਲਾਏ ਸੀਗੇ ਸਾਰੀਆਂ ਰਿਪੋਰਟਾਂ ਆ ਜਾਣਗੀਆਂ ਪਰ ਪਹਿਲਾਂ ਅਸੀਂ ਜ਼ਮੀਨ ਤੇ ਫੋਕਸ ਕਰਦੇ ਹਾਂ ਫਿਰ ਇਹਨਾਂ ਚੀਜ਼ਾਂ ਤੇ ਫੋਕਸ ਕਰਾਂਗੇ ਉਹ ਵੀ ਜਾਂਚ ਕਰਾਂਗੇ ਸਾਰੀ ਕਰਾਂਗੇ ਜੇਕਰ ਕਾਰਵਾਈ ਦੇ ਦੌਰਾਨ ਮੰਤਰੀ ਦਾ ਸਾਬਕਾ ਮੰਤਰੀ ਦਾ ਉਸ ਤੋਂ ਵੀ ਕਾਰਵਾਈ ਕੀਤੀ ਹੋਵੇ ਹਰ ਇੱਕ ਦੇ ਮੈਂ ਤੁਹਾਨੂੰ ਦੱਸਦਾ ਜੀ ਪੰਜਾਬ ਦਾ ਵੱਡਾ ਕੋਈ ਨਹੀਂ ਪੰਜਾਬ ਸਭ ਤੋਂ ਵੱਡਾ ਜੀ ਬਾਕੀ ਸਭ ਛੋਟੇ ਆ ਇਸ ਕਰਕੇ ਜਿਹੜੇ ਵੀ ਬੰਦੇ ਨੇ ਕੁਝ ਕੀਤਾ ਹੋਗਾ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪ੍ਰਗਟ ਸਿੰਘ ਹੋਰਾਂ ਦੇ ਜਿਹੜੇ ਕਿ ਇੱਕ ਜਨ ਜਿਨ੍ਹਾਂ ਨੇ ਮੁਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਆ ਅਤੇ 32 33 ਲੱਖ 10000 ਰੁਪਏ ਦੀ ਜਿਹੜੀ ਕਿ 4 ਏਕੜ ਜ਼ਮੀਨ ਉਹਨਾਂ ਨੇ ਬੋਲੀ ਤੇ ਖਰੀਦੀ ਹੈ ਉਸ ਨਾਲ ਕਿਤੇ ਨਾ ਕਿਤੇ ਖਜ਼ਾਨੇ ਦੇ ਵਿੱਚ ਜਿਹੜੇ ਕਿ ਜਿਹੜਾ ਕੀ ਕਹਿ ਸਕਦੇ ਆ ਪੈਸਾ ਜ਼ਰੂਰ ਆਇਆ ਕਿਉਂਕਿ ਪਹਿਲਾਂ ਅਸੀਂ ਦੇਖਦੇ ਸੀ ਤਾਂ 50000 ਰੁਪਏ ਪ੍ਰਤੀ ਏਕੜ ਐਵਰੇਜ ਮੰਨੇ ਜਾਵੇ ਤਾਂ 2 ਲੱਖ ਰੁਪਏ ਦੀ ਜ਼ਮੀਨ ਹੈ ਜਿਹੜੀ ਕਿ 33 ਲੱਖ ਰੁਪਏ ਨੂੰ ਜਿਹੜੀ ਕਿ ਮਿਲੀ ਆ ਕੈਮਰਾਮੈਨ ਗਗਨ ਦੇ ਨਾਲ ਕਮਲ